ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ਹੀਦੀ ਅਤੇ ਸ਼ਹਾਦਤ ਦੀ ਸ਼ਹੀਦ ਕੌਣ ਹੁੰਦੇ ਹਨ ਜਾਂ ਸ਼ਹੀਦ ਕਿੰਨਾਂ ਨੂੰ ਕਿਹਾ ਜਾਂਦਾ ਹੈ ਤੇ ਜਾਣਾਂਗੇ ਸ਼ਹਾਦਤ ਦਾ ਅਰਥ ਕੀ ਹੈ ਸ਼ਹੀਦੀ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ ਸ਼ਹਾਦਤ ਦੇ ਅਖਰੀ ਅਰਥ ਗਵਾਹੀ ਹਨ ਅਤੇ ਸ਼ਹੀਦ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ ਦੀਨ ਦੁਨੀਆ ਦੀ ਰੱਖਿਆ ਅਤੇ ਸਤ ਧਰਮ ਦੇ ਪ੍ਰਕਾਸ਼ ਲਈ ਸਿਰ ਤੇ ਬਣੀ ਭੀੜ ਦਾ ਡੱਟ ਕੇ ਮੁਕਾਬਲਾ ਕਰਨ ਅਤੇ ਪੈਰ ਪਿੱਛੇ ਨਾ ਪੁੱਟਣਾ ਭਾਵੇਂ ਕਿ ਸੇਵਾ ਕਰਦੇ ਆਂ ਬੰਦ-ਬੰਦ ਕੱਟ ਕੇ ਸਰੀਰ त्याਗਣ ਦੀ ਨੌਬਤ ਆ ਜਾਵੇ ਇਹ ਹੁੰਦੇ ਨੇ ਸੂਰਮੇ ਸ਼ਹੀਦ ਪੁਰਸ਼ ਦਾ ਕਰਤੱਵ ਅਤੇ ਉਹਨਾਂ ਦੀ ਪਛਾਣ ਗੁਰਨਾਰਕ ਦੇਵ ਜੀ ਨੇ ਫਰਮਾਇਆ ਹੈ ਕਿ ਮਰਨ ਮੂਰਸਾ ਸੂਰਿਆ ਹੱਕ ਹੈ ਅਜਿਹੇ ਸੂਰਮੇ ਮੌਤ ਦੇ ਬੂਹੇ ਤੋਂ ਲੰਘ ਕੇ ਹੱਕ ਅਤੇ ਸੱਚ ਦੀ ਗਵਾਹੀ ਭਰਦੇ ਹਨ ਜਿਸ ਤੋਂ ਸਤ ਦਾ ਪ੍ਰਕਾਸ਼ ਸਾਰੇ ਪਾਸੇ ਛਾ ਜਾਂਦਾ ਹੈ ਅਸਲ ਵਿੱਚ ਤਾਂ ਭਾਵੇਂ ਕੋਈ ਸੂਰਮਾ ਜੰਦਾ ਰਹੇ ਕੇ ਸੱਚ ਦੀ ਗਵਾਹੀ ਦੇਵੇ ਜਾਂ ਮੌਤ ਪ੍ਰਵਾਨ ਕਰਕੇ ਉਹ ਹਰ ਹਾਲਤ ਵਿੱਚ ਹੀ ਸ਼ਹੀਦ ਹੈ ਤੇ ਇਹ ਆਮ ਪ੍ਰਚਲਿਤ ਅਰਥਾਂ ਵਿੱਚ ਮੌਤ ਦੇ ਘਾਟ ਉਤਾਰ ਚੁੱਕੇ ਸੂਰਮੇ ਲਈ ਸ਼ਹੀਦੀ ਪਦ ਵਰਤੇ ਜਾਂਦਾ ਹੈ ਅਸਲ ਵਿੱਚ ਸੂਰਮਾ ਹੀ ਸ਼ਹੀਦੀ પા ਸਕਦਾ ਹੈ ਤੇ ਸੂਰਮੇ ਦੀ ਪਹਿਚਾਣ ਕਬੀਰ ਜੀ ਇਸ ਪ੍ਰਕਾਰ ਕਰਦੇ ਹਨ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾਡੇ ਖੇਤ ਸ਼ਹੀਦ ਨਰਮਲ ਆਤਮਾ ਤੇ ਤੀਖਣ ਬੁੱਧੀ ਵਾਲੇ ਹੋਣ ਕਰਕੇ ਜਦੋਂ ਸੱਚ ਅਤੇ ਨਿਆਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਨੇ ਤੇ ਗਵਾਹੀ ਦਿੰਦੇ ਹਨ ਤਾਂ ਝੂਠ ਦੇ ਅੰਧਵਿਸ਼ਵਾਸੀ ਲੋਕ ਉਹਨਾਂ ਦੇ ਵਿਰੁੱਧ ਹੋ ਜਾਂਦੇ ਹਨ ਤੇ ਸਚਾਈ ਅਤੇ ਹੱਕ ਲਈ ਡਟਣ ਵਾਲਿਆਂ ਨੂੰ ਹੀ ਉਹ ਦੁੱਖ ਅਤੇ ਕਸ਼ਟ ਦਿੰਦੇ ਹਨ ਅਤੇ ਕਈ ਵਾਰ ਜਾਨ ਤੋ ਵੀ ਮਾਰ ਦਿੰਦੇ ਹਨ ਪਰ ਸ਼ਹੀਦ ਵਿਅਕਤੀ ਨੇਕੀ ਅਤੇ ਅਸਲੀਅਤ ਤੇ ਡਟੇ ਰਹਿੰਦੇ ਨੇ ਕੁੜਿਆਰ ਅਤੇ ਕੁਰਾਹੇ ਪਏ ਲੋਕਾਂ ਦੇ ਦਿੱਤੇ ਕਸ਼ਟਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਜਾਨ ਉੱਤੇ ਖੇਡ ਜਾਂਦੇ ਹਨ ਤੇ ਅਜਿਹੇ ਵਿਅਕਤੀਆਂ ਨੂੰ ਸੰਸਾਰ ਸ਼ਹੀਦ ਦੀ ਪਦਵੀ ਦੇ ਕੇ ਸਤਿਕਾਰਦਾ ਹੈ ਅਸਲ 'ਚ ਸ਼ਹੀਦ ਸ਼ਬਦ ਮੁਸਲਮਾਨਾਂ ਦੇ ਰਾਹੀਂ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਇਆ ਪਰ ਹੁਣ ਮੁਸਲਮਾਨਾਂ ਦੀਆਂ ਬਹੁਤ ਕਿਤਾਬਾਂ ਵਿੱਚ ਇਹਦੇ ਅਰਥ ਬਦਲ ਗਏ ਹਨ ਅਤੇ ਉਹਨਾਂ ਨੇ ਸ਼ਹਾਦਤ ਦੇ ਸ਼ਬਦ ਨੂੰ ਆਮ ਤੌਰ ਤੇ ਹਰ ਭਲੇ ਇਨਸਾਨ ਦੀ ਮੌਤ ਲਈ ਵਰਤਿਆ ਅਤੇ ਕਈ ਵਾਰ ਬਿਮਾਰੀ ਨਾਲ ਮਰੇ ਗਿਆਨ ਨੂੰ ਵੀ ਸ਼ਹੀਦ ਕਹਿੰਦੇ ਹਨ ਹਿੰਦੂਆਂ ਦੇ ਪੁਰਾਣੇ ਇਤਿਹਾਸ ਵਿੱਚ ਸ਼ਹੀਦ ਅਤੇ ਸ਼ਹਾਦਤ ਦਾ ਜ਼ਿਕਰ ਨਹੀਂ ਆਉਂਦਾ ਅੱਜ ਹਿੰਦੂਆਂ ਵਿੱਚ ਸ਼ਹੀਦ ਦੀ ਵਿਆਖਿਆ ਹੋ ਰਹੀ ਹੈ ਪਰ ਸਿੱਖ ਸ਼ਹੀਦ ਦੀ ਤਾਰੀਫ ਹਿੰਦੂਆਂ ਤੇ ਮੁਸਲਮਾਨਾਂ ਵਾਂਗ ਨਹੀਂ ਕਰਦੇ ਸਬਰ ਅਤੇ ਸਦਕਾ ਜਿਸ ਵਿੱਚ ਸਦਕਾ ਨਾ ਹੋਵੇ ਉਹ ਕਿਸੇ ਆਸੇ ਵਿਚਾਰ ਜਾਂ ਕਰਮ ਲਈ ਕੁਰਬਾਨੀ ਨਹੀਂ ਕਰਦਾ ਸਦਕ ਤੇ ਕੁਰਬਾਨੀ ਤਾਂ ਸ਼ਹੀਦ ਦੀ ਬੁਨਿਆਦ ਹੈ ਫਿਰ ਸਬਰ ਦੀ ਬੜੀ ਲੋੜ ਹੈ ਆਮ ਸੰਸਾਰੀ ਜੀਵ ਤੁਰੰਤ ਘਬਰਾ ਜਾਂਦਾ ਹੈ ਤੇ ਤੰਗ ਹੋ ਜਾਂਦਾ ਹੈ ਤੇ ਅੱਕ ਕੇ ਗਈ ਵਾਰ ਆਪਣਾ ਰਾਹ ਛੱਡ ਦਿੰਦਾ ਹੈ ਪਰ ਸ਼ਹੀਦ ਬੜੇ ਹੀ ਸਬਰ ਵਾਲਾ ਹੁੰਦਾ ਹੈ ਤੇ ਉਸਦੇ ਸਬਰ ਦਾ ਗੁਣ ਹੀ ਉਸ ਤੋਂ ਅਸਧਾਰਨ ਕੰਮ ਕਰਵਾ ਦਿੰਦਾ ਹੈ ਸ਼ਹੀਦਾਂ ਦੇ ਨੇੜੇ ਦੋਗਣ ਨਹੀਂ ਜਾਂਦੇ ਇੱਕ ਭਰਮ ਅਤੇ ਦੂਜਾ ਡਰ ਭਰਮ ਕਰਨ ਵਾਲਾ ਮਨੁੱਖ ਸ਼ਹਾਦਤ ਕਿਵੇਂ پا ਸਕਦਾ ਹੈ ਡਰਨ ਵਾਲਾ ਕਿਸੇ ਚੰਗੀ ਗੱਲ ਲਈ ਡੱਟ ਨਹੀਂ ਸਕਦਾ ਤੇ ਇਸ ਲਈ ਸ਼ਹੀਦ ਇਹਨਾਂ ਦੋਹਾਂ ਗੱਲਾਂ ਦਾ ਤਿਆਗੀ ਹੁੰਦਾ ਹੈ ਪਾਈ ਗੁਰਦਾਸ ਜੀ ਲਿਖਦੇ ਹਨ ਸਬਰ ਸਦਕ ਸ਼ਹੀਦ ਭਰਮ ਭਯੋ ਖੋ ਬਣਾ ਚੰਗੇ ਖਿਆਲਾਂ ਤੇ ਚੰਗੇ ਰਮਲਾਂ ਵਾਲੇ ਨੂੰ ਹੀ ਸੁਕਰਾਟ ਨੇ ਬੜਾ ਸੋਹਣਾ ਕਿਹਾ ਹੈ ਕਿ ਦਾਨਾ ਆਦਮੀ ساری ਉਮਰ ਤਿਆਰੀ ਕਰਦਾ ਰਹਿੰਦਾ ਹੈ ਤੇ ਜਦੋਂ ਮੌਤ ਆਉਣ ਤੇ ਉਹ ਸ਼ੋਕ ਪ੍ਰਗਟ ਕਰਦਾ ਹੈ ਤਾਂ ਉਹ ਮੂਰਖ ਗਿਣਿਆ ਜਾਂਦਾ ਹੈ ਸ਼ਹੀਦ ਆਤਮਾ ਮੌਤ ਆਉਣ ਤੇ ਕਦੇ ਨਹੀਂ ਘਬਰਾਉਂਦੀ ਸਗੋਂ ਉਹ ਆਪਣੇ ਆਦਰਸ਼ਾਂ ਲਈ ਆਈ ਮੌਤ ਦਾ ਸਵਾਗਤ ਕਰਦੀ ਹੈ ਗੁਰੂ ਅਜੰਦੇਵ ਜੀ ਨੂੰ ਕਿਹਾ ਸੀ ਕਿ ਤੁਸੀਂ ਗਲਤੀ ਮੰਨ ਲਵੋ ਜਿਹੜੀ ਖੁਸਰੂ ਦੀ ਤੁਸੀਂ ਮਦਦ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਝ ਤੁਕਾਂ ਬਦਲ ਦਿਓ ਤੇ ਉਹਨਾਂ ਨੂੰ ਨਾ ਮੰਨੋ ਉਸੂਲ ਦੀ ਲੜਾਈ ਸੀ ਜਿਸ ਵਿੱਚ ਉਹਨਾਂ ਨੂੰ ਭਾਵੇਂ ਤੱਤੀਆਂ ਤਵੀਆਂ ਤੇ ਬੈਠਣਾ ਪਿਆ ਤੇ ਦੇਗਾਂ ਵਿੱਚ ਉਬਲਣਾ ਪਿਆ ਪਰ ਉਹਨਾਂ ਦੀ ਆਪਣੀ ਸੱਚੀ ਗੱਲ ਤੇ ਡਟ ਕੇ ਸਰਕਾਰ ਦੀ ਗੱਲ ਨਾ ਮੰਨੀ ਇਸੇ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਵੀ ਕਿਹਾ ਗਿਆ ਸੀ ਕਿ ਤੁਸੀਂ ਇਹਨ ਕਬੂਲ ਕਰ ਲਓ ਪਰ ਉਹਨਾਂ ਇਨਕਾਰ ਕਰ ਦਿੱਤਾ ਉਹ ਸਮਝਦੇ ਸਨ ਕਿ ਕਿਸੇ ਨੂੰ ਹੱਕ ਨਹੀਂ ਕਿ ਉਹ ਤਲਵਾਰ ਦੇ ਜ਼ੋਰ ਤੇ ਸਾਨੂੰ ਆਪਣੇ ਵਿਚਾਰ ਬਦਲਣ ਲਈ ਮਜਬੂਰ ਕਰੇ ਉਹਨਾਂ ਨੂੰ ਮੌਤ ਦੇ ਡਰਾਵੇ ਦਿੱਤੇ ਗਏ ਪਰ ਉਹਨਾਂ ਡਰਾਵਿਆਂ ਦਾ ਸਿੱਧੀ ਆਤਮਾ ਤੇ ਕੋਈ ਅਸਰ ਨਹੀਂ ਹੋਇਆ ਉਹ ਤਾਂ ਭਰਮ ਭਿਉ ਤੋਂ ਰਹਤ ਸਨ ਇਸ ਲਈ ਉਹਨਾਂ ਨੂੰ ਡਲਾਉਣ ਦੀਆਂ ਕੋਸ਼ਿਸ਼ਾਂ ਕਈ ਵਾਰ ਫੇਲ ਹੋ ਗਈਆਂ ਜਦ ਮਨਸੂਰ ਸੂਲੀ ਤੇ ਚੜਨ ਲੱਗਾ ਤਾਂ ਕਿਸੇ ਨੇ ਪੁੱਛਿਆ ਕਿ ਇਹ ਕੀ ਮਨਸੂਰ ਨੇ ਸਮਝਾਇਆ ਕਿ ਇਸ਼ਕ ਦੀ ਨਮਾਜ਼ ਪੜਨ ਲਈ ਪੰਜ ਇਨਾਨਾਂ ਦਾ ਖੂਨ ਨਾਲ ਹੀ ਕੀਤਾ ਜਾਂਦਾ ਹੈ ਇਸ ਵਿੱਚ ਬੜੀ ਸੱਚਾਈ ਸੀ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਹੁਣ ਸਭ ਵਿੱਚ ਇਸ ਦੀ ਪ੍ਰੋੜਤਾ ਕਰਦੀਆਂ ਹਨ ਕਿ ਦੇਸ਼ ਪਿਆਰ ਲੋਕਾਂ ਵਿੱਚ ਜਾਗਿਆ ਕਰਤਾਰ ਸਿੰਘ ਅਤੇ ਭਗਤ ਸਿੰਘ ਵਰਗਿਆਂ ਨੇ अनेका ਨੇ ਦੇਸ਼ ਪਿਆਰ ਦੀ ਖਾਤਰ ਜਾਨਾਂ ਵਾਰ ਦਿੱਤੀਆਂ ਡਾਕਟਰੀ ਉਸੂਲ ਹੈ ਕਿ ਜਦਸ ਮਰੀਜ਼ ਦਾ ਖੂਨ ਮੁੱਕ ਜਾਏ ਜਾਂ ਖਰਾਬ ਹੋ ਜਾਵੇ ਤਾਂ ਉਸ ਨੂੰ ਤਾਜ਼ਾ ਤੇ ਨਰੋਆ ਖੂਨ ਦਿੱਤਾ ਜਾਂਦਾ ਹੈ ਇਹੋ ਹਾਲ ਕੋਮਾ ਦਾ ਵੀ ਹੈ ਬਿਮਾਰ ਕੋਮਜਦ ਗੁਲਾਮ ਬੇਅਣਕੀ ਬੇਹਿੰਮਤੀ ਤੇ ਨਕਮੇ ਹੋ ਜਾਂਦੇ ਹਨ ਤੇ ਉਹਨਾਂ ਦੀਆਂ ਨਾੜੀਆਂ ਵਿੱਚ ਵੀ ਨਵੀਂ ਜ਼ਿੰਦਗੀ ਭਰਨ ਦੇ ਲਈ ਸਦਾ ਸ਼ਹੀਦਾਂ ਦਾ ਖੂਨ ਹੀ ਸਿਰਜਿਆ ਜਾਂਦਾ ਹੈ ਮੁញੋ ਹੁਣਕੋਮਾ ਸਿੱਧਾਂ ਕੋਲ ਉਹ ਹੀ ਜਵਾਨ ਹੁੰਦਿਆਂ ਹਨ ਤੇ ਸ਼ਹੀਦਾਂ ਦੀਆਂ ਹੱਡੀਆਂ ਦੀ ਬੁਨਿਆਦ ਤੇ ਹੀ ਹਮੇਸ਼ਾ ਕੋਮਾ ਜੀਵਨ ਦੇ ਮਹਾਲੂਸਾਰ ਦੀਆਂ ਹਨ ਤੇ ਇੱਕ ਕਵੀ ਲਿਖਦਾ ਹੈ ਡੁੱਲੇ ਜਾਂ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ ਰੰਬੀ ਨਾਲ ਖੋਪੜ ਲੈਂਦੇ ਜਾਂ ਤਸਵੀਰ ਬਦਲਦੀ ਕੋਮਾ ਦੀ ਸਿੱਖਾਂ ਨੂੰ ਫਕਰ ਹੈ ਕਿ ਦੁਨੀਆ ਦੀ ਕਿਸੇ ਅਜਿਹੀ ਘਟ ਗਣਤੀ ਵਾਲੀ ਕੋਮ ਨੇ ਇੰਨੇ ਉੱਚੇ ਹਰਸੇ ਅਤੇ ਇੰਨੇ ਸ਼ਹੀਦ ਪੈਦਾ ਨਹੀਂ ਕੀਤੇ ਜਿੰਨੇ ਸਿੱਖ ਕੋਮ ਨੇ ਪੈਦਾ ਕੀਤੇ ਹਨ ਹਜ਼ਰਤ ਈਸਾ ਦੇ ਸੂਲੀ ਤੇ ਚੜ ਜਾਣ ਵਾਲੇ ਪ੍ਰਸੰਗ ਨੇ ਅੱਧੀ ਦੁਨੀਆ ਨੂੰ ਸ਼ਾਇੀ ਬਣਾ ਦਿੱਤਾ। ਕਰਬਲਾ ਦੇ ਜੰਗ ਦੇ ਸ਼ਾਕੇ ਨੇ ਮੁਸਲਮਾਨਾਂ ਅੰਦਰ ਇੱਕ ਖਾਸ ਸਪਿਰਟ ਭਰੀ ਅਤੇ ਸਿੱਖ ਸੀਧੀਆਂ ਨੇ ਹੀ ਖਾਲਸਾ ਪੰਥ ਨੂੰ ਅਟੱਲ ਕੀਤਾ। ਕਿਸੇ ਮਜ਼ਬੂਦ ਦੇ ਹਿੱਸੇ ਵਿੱਚ ਇੱਕ ਕੁਰਬਾਨੀ ਆਈ ਤੇ ਕਿਸੇ ਦੇ ਦੋ ਪਰ ਸਿੱਖ ਕੌਮ ਨੂੰ ਤਾਂ ਗੁਰਤੀ ਹੀ ਕੁਰਬਾਨੀਆਂ ਦੀ ਮਿਲੀ ਐ। ਇਹ ਕੌਮ ਦੀ ਪਾਲਣਾ ਹੀ ਸ਼ਹੀਦ ਦੀ ਲੋਰੀਆਂ ਨਾਲ ਹੋ। ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਸ਼ਹੀਦੀ ਅਤੇ ਬ੍ਰਹਿਮ ਗਿਆਨ ਦੇ ਵਿਸ਼ੇ 'ਚ ਲਿਖਦੇ ਹਨ ਕਿ ਹੋਰ ਕੌਮਾਂ ਦਾ ਇਤਿਹਾਸ ਤਕਾਨੀਆਂ ਤੇ ਸਿਹਾਈਆਂ ਨਾਲ ਲਿਖਿਆ ਗਿਆ ਪਰ ਤੇ ਸਾਡਾ ਇਤਿਹਾਸ ਖੰਡੇ ਦੀ ਧਾਰ ਨਾਲ ਅਤੇ ਲਹੂ ਦੀ ਲਾਲੀ ਨਾਲ ਉਕਰਿਆ ਹੋਇਆ ਹੈ। ਇਹ ਅਦੁੱਪਤ ਲੇਖਣੀ ਸਾਡਾ ਮਾਣ ਹੈ। ਕੁਰਬਾਨੀ ਤਾਂ ਹੋਰ ਕਈ ਦੇਸ਼ਾਂ ਅਤੇ ਕੌਮਾਂ ਦੇ ਬਹਾਦਰ ਸੁਪੁੱਤਰਾਂ ਨੇ ਵੀ ਦਿੱਤੀ ਪਰ ਸਿੱਖ ਕੌਮ ਵਰਗੀਆਂ ਕੁਰਬਾਨੀਆਂ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਭਾਈ ਮਨੀ ਸਿੰਘ ਜੀ ਵਰਗਾ ਕਿਹੜਾ ਇਹਾਨ ਕਿਧਰੇ ਇਤਿਹਾਸ 'ਚ ਨਹੀਂ ਪੈਦਾ ਹੋਇਆ। ਜਸਨੂਸੀ ਇਹ ਕਾਰਨ ਲੱਗਿਆ ਇੱਕ ਹੱਥ ਪੜਿਆ ਫਿਰ ਦੂਜਾ ਲੱਤਾ ਵਾਹਮਾ ਤੇ ਸਰੀਰ ਤੇ ਟੋਟੇ ਕੀਤੇ ਗਏ ਇਸੇ ਤਰ੍ਹਾਂ ਮਤੀਦਾਜੀ ਵਰਗਾ ਵੀ ਇਨਸਾਨ ਹੋਰ ਕਿਧਰੇ ਨਜ਼ਰ ਨਹੀਂ ਆਉਂਦਾ ਜਸਨੇ ਸੀਸ ਤੇ ਆਰਾ ਰੱਖ ਕੇ ਸਿਰ ਲੱਕੜੀ ਦੇ ਮੋਚੇ ਦੀ ਤਰ੍ਹਾਂ ਚਰਾਇਆ ਪਰ ਪਵਿੱਤਰ ਮੁਖ ਦੇ ਵਿੱਚੋਂ ਚੀਕ ਚਹਾੜਾ ਦੀ ਥਾਂ ਤੇ ਪਵਿੱਤਰ ਗੁਰਬਾਣੀ ਦਾ ਪਾਠ ਨਿਕਲਦਾ ਰਿਹਾ ਮੈਨੂੰ ਤਾਂ ਇਤਿਹਾਸ ਦੇ ਵਿੱਚ ਕਿਧਰੇ ਹੋਰ ਥਾਂ ਅਜਿਹਾਂ ਮਾਵਾ ਵੀ ਨਜ਼ਰ ਨਹੀਂ ਆਉਂਦਾ ਜੋ ਆਪਣੇ ਬੱਚਿਆਂ ਦੇ ਆਪਣੇ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਵੇਖ ਸਕਣਾ ਪੁੱਤ ਨੇਜਿਆਂ ਤੇ ਟੰਗੇ ਹੋਣ ਅਤੇ ਮਾਂਵਾ ਤੇਰਾ ਕੀ ਐ ਮਿੱਠਾ ਲਾਗੇਗਾ ਰਹੀਆਂ ਹੁਣ ਨਾ ਹੀ ਅਜੇ ਮਸਹੂਮ ਬੱਚੇ ਹੋਰ ਕਿਦਰੇ ਮਿਲਣੇ ਹਨ ਤੇ ਜਿਨ੍ਹਾਂ ਨੂੰ ਕੰਧ ਦੇ ਵਿੱਚ ਖੜਾ ਕਰਕੇ ਚਨਾ ਦਿੱਤਾ ਗਿਆ ਉਸੇ ਤੱਕ ਨਾ ਕਰਨ ਚਾਰਖੜੀਆਂ ਤੇ ਚੜਨਾ ਦੇਗਾਂ ਵਿੱਚ ਉਹ ਵਾਲਣਾ ਖੋਪੜੀਆਂ ਉਤਾਰਨਾਂ ਦੀਆਂ ਘਟਨਾਵਾਂ ਹੋਰ ਕਿਦਰੇ ਨਹੀਂ ਮਿਲਦੀਆਂ ਮੁਗਲਾਂ ਅਤੇ ਅੰਗਰੇਜ਼ੀ ਰਾਜ ਦੇ ਵਿੱਚ ਸਿੱਖ ਕੌਮ ਨੇ ਕਈ ਅੰਦੋਲਨ ਕੀਤੇ ਜਿਨ੍ਹਾਂ ਵਿੱਚ ਹਜ਼ਾਰਾਂ ਹੀ ਗਿਣਤੀ ਵਿੱਚ ਲੋਕਾਂ ਨੇ ਕੁਰਬਾਨੀ ਦਿੱਤੀ ਅਤੇ ਸ਼ਹੀਦ ਹੋਏ। ਇਸੇ ਤਰ੍ਹਾਂ ਹੀ ਦੇਸ਼ ਦੇ ਆਜ਼ਾਦ ਹੋਣ ਦੇ ਪਿੱਛੋਂ ਵੀ ਜਦ ਤੱਕ ੱਤਕੀ ਅਤੇ ਵਧੀਕੀ ਦੇ ਅਤਿਆਚਾਰ ਦਾ ਦੌਰ ਜਾਰੀ ਰਹੇਗਾ ਤੇ ਸ਼ਹੀਦੀ ਆਤਮਾਵਾਂ ਬਲੀਦਾਨ ਲਈ ਨਿੱਤਰਦੀਆਂ ਰਹਿਣਗੀਆਂ। ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀਆਂ ਦੇਣ ਵਾਲੇ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਦੱਸਾਂਗੇ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਧੰਨਵਾਦ